ਮਾਈ ਇੰਡੀਆ ਹੋਟਲ ਦੇ ਸਾਹਮਣੇ ਜਿੱਥੋਂ ਕੋਈ ਨਾਰਪੁਰ ਨੂੰ ਰਸਤਾ ਜਾਂਦਾ ਉੱਥੇ ਟਰੈਕਟਰ ਵੱਜਾ ਹੈ ਅਤੇ ਦੋ ਜਣੇ ਟਰੈਕਟਰ ਦੇ ਟਰੈਕਟਰ ਨੱਥੂ ਵਾਲਾ ਦੱਸਦੇ ਆ ਹਰਪਾਲ ਭਾਅ ਜੀ ਹੋਣਾ ਦਾ ਅਤੇ ਬੱਸ ਨਾਲ ਹੋਇਆ ਸੀ ਰਾਤ ਐਕਸੀਡੈਂਟ 5 ਵਜੇ ਸਵੇਰੇ ਅਤੇ ਟਰੈਕਟਰ ਦੇ 2-3 ਹਿੱਸੇ ਹੋ ਗਏ ਆ। ਮਾਈ ਇੰਡੀਆ ਹੋਟਲ ਦੇ ਸਾਹਮਣੇ ਜਿੱਥੋਂ ਕੋਈ ਨਾਰਪੁਰ ਨੂੰ ਰਸਤਾ ਜਾਂਦਾ ਉੱਥੇ ਟਰੈਕਟਰ ਵੱਜਾ ਹੈ ਅਤੇ ਦੋ ਜਣੇ ਟਰੈਕਟਰ ਦੇ ਟਰੈਕਟਰ ਨੱਥੂ ਵਾਲਾ ਦੱਸਦੇ ਆ ਹਰਪਾਲ ਭਾਅ ਜੀ ਹੋਣਾ ਦਾ ਅਤੇ ਬੱਸ ਨਾਲ ਹੋਇਆ ਸੀ ਰਾਤ ਐਕਸੀਡੈਂਟ 5 ਵਜੇ ਸਵੇਰੇ ਅਤੇ ਟਰੈਕਟਰ ਦੇ 2-3 ਹਿੱਸੇ ਹੋ ਗਏ ਆ। ਮਾਈ ਇੰਡੀਆ ਹੋਟਲ ਦੇ ਸਾਹਮਣੇ ਜਿੱਥੋਂ ਕੋਈ ਨਾਰਪੁਰ ਨੂੰ ਰਸਤਾ ਜਾਂਦਾ ਉੱਥੇ ਟਰੈਕਟਰ ਵੱਜਾ ਹੈ ਅਤੇ ਦੋ ਜਣੇ ਟਰੈਕਟਰ ਦੇ ਟਰੈਕਟਰ ਨੱਥੂ ਵਾਲਾ ਦੱਸਦੇ ਆ ਹਰਪਾਲ ਭਾਅ ਜੀ ਹੋਣਾ ਦਾ ਅਤੇ ਬੱਸ ਨਾਲ ਹੋਇਆ ਸੀ ਰਾਤ ਐਕਸੀਡੈਂਟ 5 ਵਜੇ ਸਵੇਰੇ ਅਤੇ ਟਰੈਕਟਰ ਦੇ 2-3 ਹਿੱਸੇ ਹੋ ਗਏ ਆ। ਮਾਈ ਇੰਡੀਆ ਹੋਟਲ ਦੇ ਸਾਹਮਣੇ ਜਿੱਥੋਂ ਕੋਈ ਨਾਰਪੁਰ ਨੂੰ ਰਸਤਾ ਜਾਂਦਾ ਉੱਥੇ ਟਰੈਕਟਰ ਵੱਜਾ ਹੈ ਅਤੇ ਦੋ ਜਣੇ ਟਰੈਕਟਰ ਦੇ ਟਰੈਕਟਰ ਨੱਥੂ ਵਾਲਾ ਦੱਸਦੇ ਆ ਹਰਪਾਲ ਭਾਅ ਜੀ ਹੋਣਾ ਦਾ ਅਤੇ ਬੱਸ ਨਾਲ ਹੋਇਆ ਸੀ ਰਾਤ ਐਕਸੀਡੈਂਟ 5 ਵਜੇ ਸਵੇਰੇ ਅਤੇ ਟਰੈਕਟਰ ਦੇ 2-3 ਹਿੱਸੇ ਹੋ ਗਏ ਆ।